ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿੱਚ। ਅੱਜ ਇੱਕ ਤੁਹਾਨੂੰ ਗੁੱਡ ਨਿਊਜ਼ ਦੇਣ ਵਾਲੇ ਹਾਂ। ਉਹ ਅੱਜ ਭਰਤੀ ਸੰਬੰਧੀ ਜੋ ਚੰਡੀਗੜ੍ਹ ਵਿੱਚ 611 ਅਧਿਆਪਕਾਂ ਦੀ ਭਰਤੀ ਨੂੰ ਹੈ ਜੋ ਹਰੀ ਝੰਡੀ ਮਿਲ ਗਈ ਹੈ। ਜਾਣਕਾਰੀ ਜਿਹੜੀ ਦੱਸ ਦਿੰਦੇ ਹਾਂ, ਜੋ ਵੀ ਚੰਡੀਗੜ੍ਹ ਵਿੱਚ ਸਰਕਾਰੀ ਸਕੂਲ ਨੇ ਉਸ ਵਿੱਚ ਹੈ ਜੋ 611 ਟੀਚਰਾਂ ਦੀ ਭਰਤੀ ਕਰਨੀ ਹੈ, ਜਿਸ ਵਿੱਚ ETT ਵਾਲੇ ਵੀ ਰੱਖਣੇ ਹੈ ਅਤੇ ਪੋਸਟ ਗ੍ਰੈਜੂਏਟ ਵੀ। ਅਗਲੇ ਹਫ਼ਤੇ ਜੋ ਇਹਦਾ ਇਸ਼ਤਿਹਾਰ ਜਾਰੀ ਹੋਵੇਗਾ, ਜਿਹੜਾ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਹੈ ਉਸਨੇ ਇਹਨੂੰ ਪ੍ਰਵਾਨਗੀ ਦਿੱਤੀ ਹੈ। ਜਲਦ ਹੀ ਔਨਲਾਈਨ ਹੋ ਜਾਵੇਗਾ ਪੋਸਟ ਗ੍ਰੈਜੂਏਟ ਅਤੇ ETT, ਦੋ ਜੋ ਕੁਆਲੀਫਿਕੇਸ਼ਨ ਚਾਹੀਦੀਆਂ ਨੇ ਇਹਦੇ ਲਈ, ਕਿਉਂਕਿ ਜੋ ਸਰਕਾਰੀ ਸਕੂਲ ਨੇ ਉਹਦੇ ਵਿੱਚ ਟੀਚਰਾਂ ਦੀ ਪ੍ਰੋਬਲਮ ਹੈ ਬਹੁਤ ਘੱਟ ਨੇ, ਜਿਸ ਕਰਕੇ ਸਟੂਡੈਂਟ ਜ਼ਿਆਦਾ ਨੇ। ਅਤੇ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਭਰਤੀ ਪ੍ਰਕਿਰਿਆ ਜੋ ਸ਼ੁਰੂ ਕਰਨ ਜਾ ਰਹੇ ਨੇ 611 ਅਧਿਆਪਕਾਂ ਦੀ। ਇਸ ਤੋਂ ਪਹਿਲਾਂ ਜੋ ਭਰਤੀ ਆਈ ਸੀ ਇਹਨਾਂ ਨੇ ਕਰਨੀ ਸੀ, ਉਹ ਕਿਸੇ ਕਾਰਨ ਕਰਕੇ ਲਟਕੀ ਹੋਈ ਸੀ, ਉਹ ਪੈਂਡਿੰਗ ਹੈ ਹਜੇ। ਤੁਹਾਡੀ ਜਾਣਕਾਰੀ ਦੱਸ ਦਈਏ ਕਿ ਇਸ ਵਿੱਚ ਕੋਈ ਟੈਟ ਪਾਸ ਦੀ ਇਹਨਾਂ ਨੇ ਗੱਲ ਨਹੀਂ ਲਿਖੀ ਵੀ ਟੈਟ ਪਾਸ ਹੋਵੇ ਜਾਂ ਨਾ ਹੋਵੇ, ਇਹਨਾਂ ਨੇ ਸਿਰਫ ਲਿਖਤੀ ਪ੍ਰੀਖਿਆ ਦੱਸੀ ਹੈ ਜਿਹੜੀ ਲਈ ਜਾਵੇਗੀ, ਜਿਸ ਵਿੱਚ ਕੀ ਹੈ ਜੋ ਨੈਗੇਟਿਵ ਮਾਰਕਿੰਗ ਹੋਵੇਗੀ, ਇੱਕ ਟੈਸਟ ਹੋਗਾ ਉਸ ਬੇਸ 'ਤੇ ਹੈ ਜੋ ਮੈਰਿਟ ਬਣੇਗੀ, ਬਾਕੀ ਤੁਹਾਡੀ ਕੁਆਲੀਫਿਕੇਸ਼ਨ ਦੇਖੀ ਜਾਏਗੀ। ਤੋ ਇਸ ਆਧਾਰ 'ਤੇ ਹੈ ਜੋ ਇਹ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ। ਬਾਕੀ ਦੀ ਹੈ ਜੋ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਇਸ ਵਿੱਚ ਕੀ ਲਿਖਿਆ ਹੈ। ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਜਲਦ ਹੀ 611 SSA ਅਧਿਆਪਕ ਭਰਤੀ ਕੀਤੇ ਜਾਣਗੇ। ਭਰਤੀ ਪ੍ਰਕਿਰਿਆ ਅਗਲੇ ਹਫ਼ਤੇ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਸੰਬੰਧੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਵੱਲੋਂ ਮਨਜ਼ੂਰੀ ਮਿਲ ਗਈ ਹੈ। ਇਹ ਭਰਤੀ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟ੍ਰੇਨਿੰਗ ਐਂਡ ਰਿਸਰਚ ਰਾਹੀਂ ਕੀਤੀ ਜਾਵੇਗੀ। ਇਹਨਾਂ ਅਧਿਆਪਕਾਂ ਨੂੰ ਦਸੰਬਰ ਤੱਕ ਸਕੂਲਾਂ ਵਿੱਚ ਤਾਇਨਾਤ ਕਰ ਦਿੱਤਾ ਜਾਵੇਗਾ। ਇਸ ਵੇਲੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 115 ਸਰਕਾਰੀ ਸਕੂਲਾਂ ਵਿੱਚ 611 ਜੂਨੀਅਰ ਬੇਸਿਕ ਟੀਚਰ JBT ਤੋਂ 194 ਗ੍ਰੈਜੂਏਟ ਟੀਚਰਸ ETT, ਸਿੱਖਿਆ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਭਰਤੀ ਕਰਨ ਵਾਲੀ ਏਜੰਸੀ ਨੂੰ SSA ਅਧਿਆਪਕਾਂ ਦੀ ਭਰਤੀ ਮੁਕੰਮਲ ਕਰਵਾਉਣ ਲਈ ਪੱਤਰ ਲਿਖਿਆ ਗਿਆ ਸੀ, ਪਰ ਇਸ ਏਜੰਸੀ ਨੇ ਹੈ ਜੋ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਵਿਭਾਗ ਵੱਲੋਂ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ ਨਾਲ ਰਾਬਤਾ ਬਣਾਇਆ ਗਿਆ ਅਤੇ ਇਸ ਨਾਲ ਪ੍ਰੀਖਿਆ ਕਰਵਾਉਣ ਲਈ ਐਗਰੀਮੈਂਟ ਤਿਆਰ ਕੀਤਾ ਗਿਆ ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸਕੂਲਾਂ ਵਿੱਚ ਅਧਿਆਪਕ ਵਿਦਿਆਰਥੀ ਅਨੁਪਾਤ ਡਗਮਗਾਉਣ ਦੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਰਾਈਟ ਟੂ ਐਜੂਕੇਸ਼ਨ ਤਹਿਤ ਇੱਕ ਜਮਾਤ ਵਿੱਚ 85 ਵਿਦਿਆਰਥੀ ਹੀ ਸੋਰੀ 85 ਨਹੀਂ ਹੈ ਇੱਕ ਜੋ ਵੀ ਇੱਕ ਜਮਾਤ 'ਚ 40 ਜਾਂ 45 ਵਿਦਿਆਰਥੀ ਸਿੱਖਿਆ ਲੈ ਸਕਦੇ ਹਨ, ਪਰ ਅਧਿਆਪਕਾਂ ਦੀ ਘਾਟ ਕਾਰਨ ਜਮਾਤ ਵਿੱਚ 70 ਅਤੇ 80 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਦੇ ਕਾਰਨ ਹੈ ਜੋ ਇਹ ਭਰਤੀ ਕੀਤੀ ਜਾ ਰਹੀ ਹੈ, ਜਲਦੀ ਇਹਦਾ ਔਨਲਾਈਨ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜੋ ਵੀ ਨਵੀਂ ਇਨਫੋਰਮੇਸ਼ਨ ਆਏਗੀ ਤਾਂ ਇਸ ਚੈਨਲ 'ਤੇ ਤੁਹਾਨੂੰ ਦੱਸ ਦਿੱਤੀ ਜਾਵੇਗੀ। ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।
ਤਾਂ ਜੋ ਤੁਹਾਡੇ ਤੱਕ ਸਾਡਾ ਮੈਸੇਜ ਪਹੁੰਚ ਸਕੇ। ਧੰਨਵਾਦ ਜੀ।